ਰਿਕਾਰਡਿੰਗ ਸੁਣੋ ਪਹਿਲਾਂ ਧਿਆਨ ਨਾਲ ਸੁਣਿਓ। ਕਾਰਡ ਦੇ ਉੱਤੇ ਹੈਲਪ ਹੁੰਦੀ ਹੈ ਤਾਂ ਕਰਾ ਦਿਓ, ਨਹੀਂ ਰਹਿਣ ਦਿਓ। ਥੈਂਕ ਯੂ ਭਾਈ। ਹੁਣ ਦੱਸੋ ਮੈਂ ਕੀ ਕਰਾਂ, ਕੀ ਕੀਤਾ ਜਾਵੇ? 150 ਕਿਲੋਮੀਟਰ ਦੂਰੋਂ ਆਈ ਹੈ, ਹਾਲਾਤ ਮਾੜੇ ਨੇ, ਜੇ ਇਹਦੀ ਹੈਲਪ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਤੁਹਾਡੇ ਸਾਰਿਆਂ ਕੋਲੋਂ ਅਜੇ ਹੈਲਪ ਦੀ ਲੋੜ ਹੈ। ਇੱਕ ਮਰੀਜ਼ ਦੀ ਅਸੀਂ ਇਨਕੁਆਇਰੀ ਕਰਾਈ ਅਤੇ ਇਨਕੁਆਇਰੀ ਵਾਲੀ ਰਿਕਾਰਡਿੰਗ ਸੁਣ ਕੇ ਮੈਂ ਤਾਂ ਕਨਫਿਊਜ਼ਡ ਹੋ ਗਿਆ ਕਿ ਹੈਲਪ ਕਰਨੀ ਚਾਹੀਦੀ ਹੈ ਕਿ ਨਹੀਂ। ਤੁਸੀਂ ਸਾਰੇ ਸੁਣ ਕੇ ਜ਼ਰੂਰ ਦੱਸਿਓ ਮੈਨੂੰ ਕੀ ਕਰਨਾ ਚਾਹੀਦਾ। ਤੁਸੀਂ ਜਿਵੇਂ ਜਾਣਦੇ ਹੋ ਸ਼ਨੀਵਾਰ ਅੱਜ ਵੀਕਐਂਡ ਹੈ, ਵੀਕਐਂਡ 'ਤੇ ਅਰਬਾਂ ਰੁਪਇਆ ਅੱਜ ਦਾਰੂ ਦੀਆਂ ਬੋਤਲਾਂ 'ਤੇ ਉਡਾਇਆ ਜਾਏਗਾ। ਮੈਨੂੰ ਦਿੱਕਤ ਨਹੀਂ ਹੈ ਕੋਈ ਸ਼ਰਾਬੀਆਂ ਤੋਂ, ਨਾ ਸ਼ਰਾਬ ਪੀਣ ਵਾਲਿਆਂ ਤੋਂ, ਪਰ ਦਿਲ ਇੱਥੇ ਦੁਖਦਾ ਜਦੋਂ ਰੈਸਟੋਰੈਂਟ ਦੇ ਵਿੱਚ 50,000 ਦਾ ਬਿੱਲ ਦਿੰਦੇ ਹੋਏ ਹੱਥ ਨਹੀਂ ਕੰਬਦੇ, ਪਰ ਇੱਥੇ ਆ ਕੇ 5,000 ਰੁਪਇਆ 500 ਰੁਪਇਆ ਦੇਣ ਲਈ ਲੋਕਾਂ ਕੋਲ ਸਮਾਂ ਹੈ ਨਹੀਂ। ਤੁਸੀਂ ਦੇਖੋ ਮਰੀਜ਼ ਕਿੰਨਾ ਬੈਠਾ, ਚੈੱਕ ਕਰ ਲਓ, ਮਰੀਜ਼ ਇੰਨਾ ਬੈਠਾ ਅਤੇ ਡੋਨਰ ਕੋਈ ਵੀ ਨਹੀਂ। ਔਰ ਘੱਟੋ ਘੱਟ ਜੇ ਮਰੀਜ਼ਾਂ ਦੀ ਹੈਲਪ ਕਰਨੀ ਹੈ ਤਾਂ ਅਜੇ 4-5 ਲੱਖ ਰੁਪਏ ਦੀ ਲੋੜ ਹੈ, ਪਰ ਹੈਲਪ ਕਰਨ ਵਾਸਤੇ ਖਾਲੀ ਕੁਰਸੀਆਂ। ਤਾਂ ਮੈਂ ਕੀ ਕਰਾਂ ਦੱਸੋ, ਮੈਂ ਕੀ ਬੋਲਾਂ? ਮੈਂ ਬੋਲਦਾ ਵਾਂ ਫਿਰ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਕਿ ਇੱਦਾਂ ਕਿਉਂ ਬੋਲਦਾ, ਪਰ ਤੁਸੀਂ ਇਹ ਨਹੀਂ ਦੇਖਦੇ ਕਦੀ ਕਿਉਂ ਬੋਲਦਾ ਹੈ। ਬੋਲਣਾ ਚੰਗਾ ਨਹੀਂ ਲੱਗਦਾ, ਪਰ ਰੀਜ਼ਨ ਕਿਉਂ ਬੋਲਦਾ ਕਦੀ ਇਹ ਜਾਣਨ ਦੀ ਕੋਸ਼ਿਸ਼ ਕੀਤੀ? ਹਰ ਬੰਦਾ ਇੱਥੇ ਆ ਕੇ ਆਪਣੀ ਗੱਲ ਸੁਣਾ ਰਿਹਾ, ਸਾਡੀ ਹੈਲਪ ਕਰੋ, ਸਾਡੀ ਹੈਲਪ ਕਰੋ, ਪਰ ਕਿਵੇਂ ਹੈਲਪ ਕਰੀਏ? ਆ ਰਿਕਾਰਡਿੰਗ ਸੁਣੋ ਪਹਿਲਾਂ, ਧਿਆਨ ਨਾਲ ਸੁਣਿਓ ਅਤੇ ਇਹਨੂੰ ਸ਼ੇਅਰ ਵੀ ਕਰਿਓ। ਮਾਈ ਕੋਲੇ 5 ਲੱਖ ਵਾਲਾ ਕਾਰਡ ਤਾਂ ਹੈਗਾ ਜੀ, ਕਹਿੰਦੀ ਚੱਲਦਾ ਨੀ ਹੈਗਾ। ਪਹਿਲਾਂ ਜੀ ਡਿੱਗ ਕੇ ਚੂੜੇ ਤੇ ਸੱਟ ਵੱਜੀ ਸੀ, ਉਹਦਾ ਚਲੋ ਆਂਢੀਆਂ ਗਵਾਂਢੀਆਂ ਨੇ ਇਕੱਠੇ ਹੋ ਕੇ ਕਰਾ ਤਾ ਜੀ, ਤੇ ਹੁਣ ਇਹਦੇ ਗੋਡਿਆਂ 'ਚ ਗੋਡੇ ਪੈਣੇ ਨੇ, ਤੇ ਗੋਡਿਆਂ ਦਾ ਖਰਚਾ ਮੈਨੂੰ ਲੱਗਦਾ ਹੋਊਗਾ 1-1.5 ਲੱਖ ਰੁਪਇਆ ਜੀ ਦੋਨਾਂ ਦਾ। ਤੇ ਇਹਦੇ ਮੁੰਡੇ ਨੇ ਜੀ 2 ਵਧੀਆ ਕੰਮ ਕਰਦੇ ਆ ਜੀ, ਵਧੀਆ ਕਾਰੋਬਾਰ ਆ ਉਹਨਾਂ ਦਾ, ਦੋਨਾਂ ਨੇ ਦੁਕਾਨਾਂ ਕਰ ਰੱਖੀਆਂ ਜੀ, ਤੇ ਮੁੰਡੇ ਆਪ ਬਾਹਰ ਕੰਮ ਕਰਦੇ ਨੇ ਜੀ ਦੋਨੇ। ਇਹਦੇ ਘਰ ਵਾਲਾ ਵੀ 10-15 ਹਜ਼ਾਰ ਰੁਪਇਆ ਕਮਾਉਂਦਾ ਜੀ, ਪਰ ਇਹਦੀ ਹੈਲਪ ਕਰਨ ਨੂੰ ਕੋਈ ਨੀ ਤਿਆਰ ਹੈਗਾ ਜੀ। ਮੁੰਡੇ ਨੇ ਤਾਂ ਜਵਾਬ ਦਿੱਤਾ ਵੀ ਸਾਡੇ ਕੋਲ ਕੋਈ ਪੈਸਾ ਹੈ ਨੀਗਾ ਜੀ, ਤੇ ਇਹਦੀ ਬੈਕਗ੍ਰਾਉਂਡ ਵਧੀਆ ਨੀ ਸੀਗੀ ਜੀ, ਤਾਂ ਕਰਕੇ ਇਹਦੇ ਘਰਦੇ ਇਹਨੂੰ ਫੋਲੋ ਨੀ ਕਰਦੇ ਹੈਗੇ ਜੀ, ਚੰਗਾ ਨੀ ਸਮਝਦੇ ਹੈਗੇ। ਤਾਂ ਜੇ ਤਾਂ ਕਾਰਡ ਦੇ ਚੱਲ ਕੇ ਕਾਰਡ ਤੇ ਹੁੰਦਾ ਜੀ ਕੰਮ ਤਾਂ ਕਰਾ ਦਿਓ, ਨਹੀਂ ਤਾਂ ਕੇਸ ਫੇਲ ਹੈਗਾ ਜੀ, ਨੇੜੀ ਨੀ ਹੈਗਾ, ਇਹਦੀ ਹੈਲਪ ਨਹੀਂ ਬਣਦੀ ਮੇਰੇ ਹਿਸਾਬ ਨਾਲ ਤਾਂ, ਕਿਉਂਕਿ ਇਹਦੇ ਰਹਿਣੀ ਸਹਿਣੀ ਤੇ ਇਹਦਾ ਬੋਲਬਾਣੀ ਦਾ ਬਹੁਤ ਫਰਕ ਹੈਗਾ ਜੀ। ਬੱਚੇ ਤਾਂ ਇਹਨੂੰ ਚੰਗਾ ਸਮਝਦੇ ਜੀ, ਘਰ ਵਾਲੇ ਨੂੰ 20 ਸਾਲ ਹੋ ਗਏ ਜੀ, ਇਹਨੇ ਬੁਲਾਇਆ ਨੀ ਜੀ ਆਪਦੇ ਨੂੰ, ਬਾਹਰ ਹੀ ਤੁਰਦੀ ਫਿਰਦੀ ਰਹਿੰਦੀ ਆ ਬਸ, ਘਰੇ ਤਾਂ ਬਹਿੰਦੀ ਨੀ ਟਿੱਕ ਜੀ। ਪਹਿਲੇ ਦਿਨ ਰੈਪੂਟੇਸ਼ਨ ਇਹਦਾ ਵਧੀਆ ਨੀ ਸੀਗਾ ਜੀ ਬਾਈ। ਕਾਰਡ ਦੇ ਉੱਤੇ ਹੈਲਪ ਹੁੰਦੀ ਹੈ ਤਾਂ ਕਰਾ ਦਿਓ, ਨਹੀਂ ਰਹਿਣ ਦਿਓ। ਥੈਂਕ ਯੂ ਬਾਈ। ਹੁਣ ਦੱਸੋ ਮੈਂ ਕੀ ਕਰਾਂ, ਕੀ ਕੀਤਾ ਜਾਵੇ? ਹੁਣ ਬਾਈ ਨੇ ਤਾਂ ਸਾਡੇ ਇਨਕੁਆਇਰੀ ਵਾਲੇ ਨੇ ਤਾਂ ਕਹਿਤਾ ਇਹਨਾਂ ਦੀ ਹੈਲਪ ਨਹੀਂ ਬਣਦੀ, ਪਰ ਉਹ ਮਾਤਾ ਇੱਥੇ ਬੈਠੀ ਵਿਚਾਰੀ ਇੱਥੋਂ ਘੱਟੋ ਘੱਟ 150 ਕਿਲੋਮੀਟਰ ਦੂਰ ਤੋਂ ਆਈ ਹੈ, 150 ਕਿਲੋਮੀਟਰ ਦੂਰ ਤੋਂ ਆਈ ਹੈ, ਇਹਦੀ ਹੈਲਪ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਤੁਸੀਂ ਰਿਕਾਰਡਿੰਗ ਸੁਣੀ, ਇੱਕ ਵਾਰੀ ਫਿਰ ਸੁਣ ਲਓ। ਪੁੱਤਰ ਜੀ ਸਤਿ ਸ਼੍ਰੀ ਅਕਾਲ, ਪੁੱਤਰ ਜੀ ਕੇਸ ਰੇਡ ਕਰਨ ਗਏ ਸੀਗੇ ਜੀ, ਤੇ ਮਾਈ ਕੋਲੇ 5 ਲੱਖ ਵਾਲਾ ਕਾਰਡ ਤਾਂ ਹੈਗਾ ਜੀ, ਕਹਿੰਦੀ ਚੱਲਦਾ ਨੀ ਹੈਗਾ। ਪਹਿਲਾਂ ਜੀ ਡਿੱਗ ਕੇ ਚੂੜੇ ਤੇ ਸੱਟ ਵੱਜੀ ਸੀ, ਉਹਦਾ ਚਲੋ ਆਂਢੀਆਂ ਗਵਾਂਢੀਆਂ ਨੇ ਇਕੱਠੇ ਹੋ ਕੇ ਕਰਾ ਤਾ ਜੀ, ਤੇ ਹੁਣ ਇਹਦੇ ਗੋਡਿਆਂ 'ਚ ਗੋਡੇ ਪੈਣੇ ਨੇ, ਤੇ ਗੋਡਿਆਂ ਦਾ ਖਰਚਾ ਮੈਨੂੰ ਲੱਗਦਾ ਹੋਊਗਾ 1-1.5 ਲੱਖ ਰੁਪਇਆ ਜੀ ਦੋਨਾਂ ਦਾ। ਤੇ ਇਹਦੇ ਮੁੰਡੇ ਨੇ ਜੀ 2 ਵਧੀਆ ਕੰਮ ਕਰਦੇ ਆ ਜੀ, ਵਧੀਆ ਕਾਰੋਬਾਰ ਆ ਉਹਨਾਂ ਦਾ, ਦੋਨਾਂ ਨੇ ਦੁਕਾਨਾਂ ਕਰ ਰੱਖੀਆਂ ਜੀ, ਤੇ ਮੁੰਡੇ ਆਪ ਬਾਹਰ ਕੰਮ ਕਰਦੇ ਨੇ ਜੀ ਦੋਨੇ। ਇਹਦੇ ਘਰ ਵਾਲਾ ਵੀ 10-15 ਹਜ਼ਾਰ ਰੁਪਇਆ ਕਮਾਉਂਦਾ ਜੀ, ਪਰ ਇਹਦੀ ਹੈਲਪ ਕਰਨ ਨੂੰ ਕੋਈ ਨੀ ਤਿਆਰ ਹੈਗਾ ਜੀ। ਮੁੰਡੇ ਨੇ ਤਾਂ ਜਵਾਬ ਦਿੱਤਾ ਵੀ ਸਾਡੇ ਕੋਲ ਕੋਈ ਪੈਸਾ ਹੈ ਨੀਗਾ ਜੀ, ਤੇ ਇਹਦੀ ਬੈਕਗ੍ਰਾਉਂਡ ਵਧੀਆ ਨੀ ਸੀਗੀ ਜੀ, ਤਾਂ ਕਰਕੇ ਇਹਦੇ ਘਰਦੇ ਇਹਨੂੰ ਫੋਲੋ ਨੀ ਕਰਦੇ ਹੈਗੇ ਜੀ, ਚੰਗਾ ਨੀ ਸਮਝਦੇ ਹੈਗੇ। ਤਾਂ ਜੇ ਤਾਂ ਕਾਰਡ ਦੇ ਚੱਲ ਕੇ ਕਾਰਡ ਤੇ ਹੁੰਦਾ ਜੀ ਕੰਮ ਤਾਂ ਕਰਾ ਦਿਓ, ਨਹੀਂ ਤਾਂ ਕੇਸ ਫੇਲ ਹੈਗਾ ਜੀ, ਨੇੜੀ ਨੀ ਹੈਗਾ, ਇਹਦੀ ਹੈਲਪ ਨਹੀਂ ਬਣਦੀ ਮੇਰੇ ਹਿਸਾਬ ਨਾਲ ਤਾਂ, ਕਿਉਂਕਿ ਇਹਦੇ ਰਹਿਣੀ ਸਹਿਣੀ ਤੇ ਇਹਦਾ ਬੋਲਬਾਣੀ ਦਾ ਬਹੁਤ ਫਰਕ ਹੈਗਾ ਜੀ।
ਬੱਚੇ ਤਾਂ ਚੰਗੇ ਜਮਾ ਹੀ ਚੰਗਾ ਸਮਝਦਾ ਜੀ, ਘਰ ਵਾਲੇ ਨੂੰ 20 ਸਾਲ ਹੋ ਗਏ ਜੀ ਇਹਨੇ ਬੁਲਾਇਆ ਨੀ ਜੀ ਆਪਦੇ ਨੂੰ, ਇਹ ਬਾਹਰ ਹੀ ਤੁਰਦੀ ਫਿਰਦੀ ਰਹਿੰਦੀ ਆ ਬਸ, ਘਰੇ ਤਾਂ ਬਹਿੰਦੀ ਨੀ ਟਿਕ ਕੇ ਜੀ, ਪਹਿਲੇ ਦਿਨ ਰੈਪੂਟੇਸ਼ਨ ਇਹਦਾ ਵਧੀਆ ਨੀ ਸੀਗਾ ਜੀ ਬਾਈ, ਕਾਰਡ ਦੇ ਉੱਤੇ ਹੈਲਪ ਹੁੰਦੀ ਆ ਤਾਂ ਕਰਾ ਦਿਓ ਨਹੀਂ ਰਹਿਣ ਦਿਓ, ਥੈਂਕ ਯੂ ਬਾਈ। ਹੁਣ ਦੱਸੋ ਮੈਂ ਕੀ ਕਰਾਂ, ਏਦਾਂ ਏਦਾਂ ਦੇ ਕੇਸ ਸਾਡੇ ਕੋਲ ਕਈ ਵਾਰ ਆਉਂਦੇ ਨੇ, ਅਸੀਂ ਵੀ ਦੁਬਿਧਾ 'ਚ ਫਸ ਜਾਈਦਾ, ਕੀ ਕਰੀਏ। ਹੁਣ ਮੈਂ ਤੁਹਾਡੇ ਕੋਲ ਸਾਰਿਆਂ ਕੋਲ ਪੁੱਛਦਾ ਕੀ ਕਰਨਾ ਚਾਹੀਦਾ ਸਾਨੂੰ, ਹੈਲਪ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ? ਮਾਤਾ ਮਜਬੂਰ ਹੈ, 150 ਕਿਲੋਮੀਟਰ ਦੂਰੋਂ ਆਈ ਹੈ, ਹਾਲਾਤ ਮਾੜੇ ਨੇ, ਬੁਰਾ ਵਕਤ ਹੈ, ਸਿੱਧੀ ਜਿਹੀ ਗੱਲ ਹੈ, ਨਾ ਔਲਾਦ ਪੁੱਛ ਰਹੀ ਹੈ ਨਾ ਘਰ ਵਾਲਾ ਪੁੱਛ ਰਿਹਾ।